ਵਾਹਿਗੁਰੂ ਜੀ ਧੰਨ ਧੰਨ ਗੁਰੂ ਗ੍ਰੀ ਗੁਣਵਾਦ ਸੁਹੀ ਮਹਿਲਾ ਪੰਜਵਾ ਜਿਨਮੋ ਹੋਏ ਬ੍ਰਹਿਮੰਡ ਖੰਡ ਤਾਂ ਹੂੰ ਮੈਂ ਪਉ ਜਿਨਮੋ ਹੋਏ ਬ੍ਰਹਿਮੰਡ ਖੰਡ ਤਾਂ ਹੂੰ ਮੈਂ ਪਉ ਰਾਖ ਲਿਹੋ ਇਹੋ ਭਿਖੀ ਜੀਵ ਦੇ ਆਪਣਾ ਨਾਮ ਰਹੋ ਜਾਤੇ ਨਾਹੀ ਕੋ ਸੁਖੀ ਤਾਂ ਕਹਿ ਪਾਛੇ ਜਾ ਛੋਟ ਜਾਏ ਜੋ ਸਗਲ ਕੋ ਫਿਰ ਫਿਰ ਲਪਟਾਓ ਕਰੋ ਕਿਰਪਾ ਕਰਣਾ ਪਤੇ ਤੇਰੇ ਹਰ ਗੁਣ ਗਾ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਕਰੋ ਕਿਰਪਾ ਕਰਣਾ ਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂੰ ਮੈਂ ਪਾਓ ਰਾਖ ਕਿਹੋ ਇਹ ਵਿਖੀ ਜੀਵ ਦੇ ਆਪਣਾ ਨਾਮ ਜਿਸ ਮਾਲਕ ਨੇ ਸਭ ਖੰਡ ਬ੍ਰਹਿਮੰਡ ਜਿਤਨੇ ਵੀ ਨੇ ਜੋ ਸੂਰਜ ਚੰਨ ਤਾਰੇ ਨਛੱਤਰ ਜੋ ਕੁਝ ਸਾਨੂੰ ਇਸ ਬ੍ਰਹਿਮੰਡ ਵਿੱਚ ਨਜ਼ਰੀ ਆਉਂਦਾ ਇਹ ਬ੍ਰਹਿਮੰਡ ਕੇਵਲ ਸਾਡੀ ਦੁਨੀਆ ਦਾ ਅਸੀਂ ਇੱਕ ਬ੍ਰਹਿਮੰਡ ਮੰਨਦੇ ਹਾਂ ਜਿਹਦੇ ਅੰਦਰ ਸਾਨੂੰ ਤਾਰੇ ਵੀ ਨਜ਼ਰ ਆਉਂਦੇ ਨੇ ਚੰਦ ਵੀ ਨਜ਼ਰ ਆਉਂਦਾ ਹੈ ਸੂਰਜ ਵੀ ਨਜ਼ਰ ਆਉਂਦਾ ਹੈ ਬਾਕੀ ਦੇ ਜਿਹੜੇ ਗ੍ਰਹਿ ਨੇ ਉਹ ਵੀ ਨਜ਼ਰ ਆਉਂਦੇ ਨੇ ਇਹ ਇੱਕ ਬ੍ਰਹਿਮੰਡ ਪਰ ਉਸ ਮਾਲਕ ਦੀ ਰਚਨਾ ਵਿੱਚ ਕਿਤਨੇ ਬ੍ਰਹਿਮੰਡ ਨੇ ਉਸ ਮਾਲਕ ਦੀ ਰਚਨਾ ਵਿੱਚ ਹੋਰ ਕਿਤਨੇ ਕਿਤਨੇ ਬ੍ਰਹਿਮੰਡ ਇਸ ਪ੍ਰਕਾਰ ਦੇ ਹੋਰ ਕਿਤਨੇ ਬ੍ਰਹਿਮੰਡ ਨੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਸਤਿਗੁਰ ਪਾਤਸ਼ਾਹ ਜੀ ਦ੍ਰਿਸ਼ਟੀ ਆਖਦੀ ਹੈ ਕਹਿੰਦੀ ਨੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਕਰੋੜੀ ਬ੍ਰਹਿਮੰਡ ਇਸ ਤਰ੍ਹਾਂ ਦੇ ਹੋਰ ਵੀ ਨੇ ਜਿੱਦਾਂ ਦਾ ਆਹ ਬ੍ਰਹਿਮੰਡ ਅਸੀਂ ਵੇਖਦੇ ਹਾਂ ਨਾ ਜਿਹਦੇ ਸਾਨੂੰ ਤਾਰੇ ਵੀ ਨਜ਼ਰ ਆ ਰਹੇ ਨੇ ਸਾਰੇ ਸੂਰਜ ਚੰਦਰਮਾ ਅਤੇ ਹੋਰ ਜੋ ਕੁਝ ਨਛੱਤਰ ਜੋ ਕੁਝ ਸਾਨੂੰ ਨਜ਼ਰੀ ਪੈ ਰਿਹਾ ਇਸ ਤੋਂ ਇਲਾਵਾ ਇਹ ਇੱਕ ਬ੍ਰਹਿਮੰਡ ਇਸ ਤੋਂ ਇਲਾਵਾ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਉਹਨਾਂ ਦਾ ਆਪਣਾ ਜ਼ਾਤੀ ਤਜਰਬਾ ਇਹ ਆਖਦਾ ਹੈ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਕਰੋੜਾਂ ਹੀ ਬ੍ਰਹਿਮੰਡ ਨੇ ਇਸ ਤਰ੍ਹਾਂ ਦੇ ਹੋਰ ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਜਿੱਥੇ ਇੱਕ ਨਹੀਂ ਕਰੋੜੇ ਬ੍ਰਹਿਮੰਡਾਂ ਨੂੰ ਇਸ ਤਰ੍ਹਾਂ ਦੇ ਨਾਲ ਉਸ ਮਾਲਕ ਨੇ ਬੰਨ੍ਹ ਕੇ ਰੱਖਿਆ ਮੋਹੇ ਤੋਂ ਭਾਵ ਬੰਨ੍ਹ ਕੇ ਰੱਖਿਆ ਹੋਇਆ ਆਪਣੀ ਸ਼ਕਤੀ ਦੇ ਨਾਲ ਉਹਨਾਂ ਨੂੰ ਸਭ ਚੀਜ਼ ਨੂੰ ਇੱਕ ਆਪਣੀ ਆਪਣੀ ਜਗ੍ਹਾ 'ਤੇ ਟਿਕਾ ਕੇ ਰੱਖਿਆ ਹੋਇਆ ਅਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਸਾਨੂੰ ਆਦਿ ਨੇ ਕਹਿੰਦੇ ਤਾਹੂੰ ਮੈਂ ਪਾਓ ਉਹਦੇ ਅੰਦਰ ਆਪਣਾ ਜੀ ਲਾ ਤੂੰ ਵੀ ਇਹ ਬੰਦੇ ਆ ਤੂੰ ਵੀ ਆਪਣਾ ਉਹਦੇ ਅੰਦਰ ਜੀ ਲਾ ਉਹਦੇ ਵਿੱਚ ਤੇਰੀ ਵੀ ਰੁਚੀ ਉਹਦੇ ਨਾਲ ਲੱਗਣੀ ਚਾਹੀਦੀ ਹੈ ਅਤੇ ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਰਾਖ ਲਿਓ ਇਹ ਵਿਖੀ ਜੀ ਦੇ ਆਪਣਾ ਨਾਮ ਮਾਲਕ ਜੀ ਆਪਣਾ ਇਸ ਨੂੰ ਨਾਮ ਦੇ ਕੇ ਇਸ ਜੀਵ ਨੂੰ ਵੀ ਇਸ ਪਾਸੇ ਲਾਉਣ ਦੀ ਕਿਰਪਾ ਕਰੋ ਕਿਉਂਕਿ ਇਹ ਜੀਵ ਤੇ ਕਿਸ ਪਾਸੇ ਤੁਰਿਆ ਹੋਇਆ ਕਹਿੰਦੇ ਜਾਂਦੇ ਨਾ ਹੀ ਕੋ ਸੁਖੀ ਤਾਂ ਕਿ ਪਾਛੇ ਜਾਓ ਕਹਿੰਦੇ ਉਧਰ ਹੀ ਦੌੜਦਾ ਫਿਰਦਾ ਜਿੱਥੋਂ ਕਿਸੇ ਨੂੰ ਕੁਛ ਹੋਰ ਮਿਲੇ ਹੀ ਨਹੀਂ ਆਇਆ ਉਧਰ ਹੀ ਦੌੜ ਰਿਹਾ ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਨੇ ਅਖੀਰਲੀ ਪੰਕਤੀ ਅੰਦਰ ਆਪ ਦਿੱਤਾ ਕਹਿਣ ਲੱਗੇ ਕਰੋ ਕਿਰਪਾ ਕਰਨਾ ਪਤੇ ਤੇਰੇ ਹਨ ਗੁਰਗਾਓ ਨਾਨਕ ਕੀ ਪ੍ਰਬੇਨਤੀ ਸਾਧ ਸੰਗ ਸਮਾਓ ਮਾਲਕ ਜੀ ਮੈਨੂੰ ਸਤਸੰਗ ਦੇ ਵਿੱਚ ਬਖਸ਼ਿਸ਼ ਕਰੋ ਗਰੀਬ ਨਿਵਾਜ ਪਾਤਸ਼ਾਹ ਜੀ ਮੈਂ ਜੁੜ ਕੇ ਤੁਹਾਡੇ ਨਾਮ ਨੂੰ ਹਮੇਸ਼ਾ ਇਹਦਾ ਪ੍ਰਾਪਤ ਕਰ ਸਕਾਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਸਭ ਦਾ ਗੁਰੂ ਜੀ ਕੀ ਫਤਿਹ।